ਇੱਕ ਬੇਨਤੀ ਹੈ ਕਿ ਗਰਮੀ ਬਹੁਤ ਹੈ, ਸਭ ਨੂੰ ਪਤਾ, ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ, ਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ, ਵੱਡੇ ਕੂਲਰ, ਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਵਿੱਚ ਇੱਕ ਕੂਲਰ ਆਉਂਦਾ, ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਕੋਈ ਕਰਨੀ ਚਾਹੇ, ਸਕੈਨ ਕੋਡ ਚੱਲਦੇ ਆ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ, ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ ਤਾਂ ਜੋ ਰਸੀਦ ਸਤਿਕਾਰ ਤੁਹਾਨੂੰ ਭੇਜਿਆ ਜਾਵੇ। ਕਈ ਵਾਰੀ QR ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ, 1000 ਰੁਪਏ ਤੋਂ ਵੱਧ ਨਹੀਂ ਪੈਂਦੀ। ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ, ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ, ਉਹ ਤੁਹਾਨੂੰ ਉਹ ਜਿਹੜਾ ਸਕੈਨ 25 ਵਾਰੀ ਕਰਨਾ ਪੈਣਾ ਹੈ, 2 ਮਿੰਟ ਦਾ ਕੰਮ, 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ ਜੋ QR ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ। ਤੇ ਕੋਈ ਪ੍ਰੇਮੀ ਇੱਕ ਕੂਲਰ ਦੀ 2 ਕੂਲਰਾਂ ਦੀ ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ, ਉਹਨਾਂ 'ਚ ਪਾ ਦਿਓ, ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ, ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ, ਜਿਵੇਂ ਤੁਹਾਡਾ ਦਿਲ ਕਰੇ ਅੱਜ ਭਾਵੇਂ ਕੱਲ੍ਹ, ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ, ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ, ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ। ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ, ਇਹ ਤਾਂ ਬਾਬਾ ਜਾਣਦਾ। ਆਖੋ ਧੰਨ ਬਾਬਾ, ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ। ਅਤੇ ਇਹ ਮੇਰੀ ਬੇਨਤੀ, ਪ੍ਰਮਾਣ ਜ਼ਰੂਰ ਕਰਿਓ, ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ, ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, 5 ਪਿਆਰੇ 5 ਪੀਰ, ਛਠਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ, ਔਰ ਇਸੇ ਸੰਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ, ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ, ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ, ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ ਯੂਟਿਊਬ ਚੈਨਲ ਨੇ, ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਬੀਬੀ ਕੌਲਾ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਦਾ ਆਨੰਦ ਲੈ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲਾਂ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ ਨੇ। ਨਿਮਰਤਾ ਸਹਿਤ ਬੇਨਤੀ, ਜਿਹੜੇ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰਦੇ ਹੋ, ਔਰ ਜਿਹਨੂੰ ਵੀ ਭੇਜੋ ਲਿੰਕ ਉਹਨੂੰ ਕਹੋ ਅੱਗੇ ਤੋਂ ਅੱਗੇ ਸ਼ੇਅਰ ਕਰੇ, ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਆਓ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਮੈਂ ਕੀਰਤਨ ਨੂੰ ਪ੍ਰਾਰੰਭ ਕਰਨ ਦੀ ਆਗਿਆ ਮੰਗਦਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ ਤੇ ਦਿਓ ਆਗਿਆ, ਪਿਆਰ ਨਾਲ ਲਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ, ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਵਾਹਿਗੁਰੂ 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 ਧੰਨਵਾਦ ਵਾਹਿਗੁਰੂ।
ਅਕਾਲ ਮੂਰਤ ਅਜੂਨੀ ਸਰਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨ ਖੋਸੀ ਤੇ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਰਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਵਾਹਿਗੁਰੂ
ਜਿਹੜੀਆਂ ਰੋਜ਼ ਅਸੀਂ ਦੋ ਤਿੰਨ ਜ਼ਰੂਰੀ ਬੇਨਤੀਆਂ ਕਰਦੇ ਹਾਂ ਉਹ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ। ਇੱਕ ਵਾਰੀ ਆਪਣੇ ਪਿਆਰ ਦਾ ਸਬੂਤ ਸਾਰੇ ਦੇ ਦਿਓ, ਚੜ੍ਹਦੀ ਕਲਾ 'ਚ ਉਹ ਜਿੰਨਾ ਕੁ ਸਮਾਂ ਆਪਾਂ ਬਹਿਣਾ ਬੱਪੂ ਜੀ ਦੀ ਮਿਹਰ ਦੇ ਨਾਲ, ਥੋੜ੍ਹੇ ਜਿਹੇ ਮਿੰਟ ਚੜ੍ਹਦੀ ਕਲਾ ਦੇ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੋੜ੍ਹੇ ਜਿਹੇ ਮਿੰਟ ਆਪਾਂ ਬਹਿਣਾ,
ਹੁਣ ਜਿਹੜੀਆਂ ਬੇਨਤੀਆਂ ਆਪਾਂ ਕਰਨੀਆਂ ਧਿਆਨ ਨਾਲ ਸੁਣਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦੇ ਦਾ ਦਿਲ ਕਰਦਾ ਮੈਂ ਸੇਵਾ ਕਰਾਂ ਜ਼ਰੂਰਤਮੰਦਾਂ ਦੀ, ਕਈ ਵਾਰੀ ਚਿੱਤ ਕਰਦਾ ਕੋਈ ਭਲੇ ਕੰਮ ਕਰਨ ਵਾਸਤੇ ਚਿੱਤ ਕਰਦਾ, ਤੇ ਇੱਕ ਤਰੀਕਾ ਤਰੀਕਾ ਪਤਾ ਕਿਹੜਾ? ਇਹ ਮਹਾਂਪੁਰਖਾਂ ਦੇ ਬਚਨ ਨੇ, ਕਹਿੰਦੇ ਤੁਸੀਂ ਇਕਾਂਤ ਦੇ ਵਿੱਚ ਅੱਖਾਂ ਬੰਦ ਕਰਕੇ ਆਪਣੇ ਆਪ ਨਾਲ ਬੈਠੋ, ਪੰਜ ਮਿੰਟ ਦਸ ਮਿੰਟ ਇਕਾਂਤ ਦੇ ਵਿੱਚ ਜੀ, ਅੰਮ੍ਰਿਤ ਵੇਲੇ ਇਕਾਂਤ ਵਿੱਚ ਪੰਜ ਦਸ ਮਿੰਟ ਬਹਿ ਜਾਓ ਅੱਖਾਂ ਬੰਦ ਕਰਕੇ, ਉਦੋਂ ਤੁਸੀਂ ਤੇ ਤੁਹਾਡੇ ਗੁਰੂ ਰਾਮਦਾਸ, ਹੋਰ ਕੋਈ ਨਹੀਂ। ਕਹਿੰਦੇ ਇਕਾਂਤ ਵਿੱਚ ਅੱਖਾਂ ਬੰਦ ਕਰਕੇ ਬੈਠੋ, ਧਿਆਨ ਲਾ ਕੇ ਤੇ ਪਰਮੇਸ਼ਰ ਦੇ ਅੱਗੇ ਜੋਦੜੀ ਕਰੋ। ਇਹ ਪਰਮੇਸ਼ਰ ਸਾਈਂ, ਮੈਂ ਜ਼ਰੂਰਤਮੰਦਾਂ ਦੀ ਮਦਦ ਕਰਨਾ ਚਾਹੁੰਦਾ ਵਾਂ, ਕਿਰਪਾ ਕਰਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਵਿੱਚ ਤੁਸੀਂ ਮੇਰਾ ਇਸਤੇਮਾਲ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਤੁਸੀਂ ਮੇਰੀ ਵਰਤੋਂ ਕਰੋ, ਕਿਰਪਾ ਦਾ ਖਾਤਾ ਖੋਲੋ। ਪਿਆਰਿਓ, ਜਦੋਂ ਤੁਸੀਂ ਰੋਜ਼ ਪੰਜ ਸੱਤ ਮਿੰਟ ਏਦਾਂ ਇਕਾਗਰ ਚਿੱਤ ਹੋ ਕੇ ਧਿਆਨ ਲਗਾ ਕੇ ਪਰਮੇਸ਼ਰ ਦੇ ਅੱਗੇ ਪੁਕਾਰਨਾ ਸ਼ੁਰੂ ਕਰੋਗੇ ਨਾ, ਕੁਝ ਸਮੇਂ ਬਾਅਦ ਪਰਮੇਸ਼ਰ ਜੀ ਦੀ ਡਿਊਟੀ ਲੱਗ ਜਾਏਗੀ ਕਿ ਤੁਹਾਡੇ ਕੋਲੋਂ ਸੇਵਾਵਾਂ ਦੇ ਕਾਰਜ ਉਹਨੇ ਕਿਵੇਂ ਕਰਾਉਣੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਫਿਰ ਸੇਵਾ ਪਤਾ ਕੀ ਹੁੰਦੀ ਹੈ? ਸੁਣਿਓ, ਸੇਵਾ ਕੀ ਹੁੰਦੀ ਹੈ? ਢੰਡੋਰਾ ਦੇ ਦੇ ਕੇ ਸੇਵਾ ਨਹੀਂ, ਹਾਂ ਕਿਸੇ ਨੂੰ ਪ੍ਰੇਰਨਾ ਸਰੋਤ ਹੋ ਕੇ ਕੋਈ ਗੱਲ ਕਹੀ, ਉਹ ਗੱਲ ਵੱਖਰੀ ਹੈ। ਪਰ ਸੇਵਾ ਕੀ? ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਸਾਰਾ ਕੁਝ ਗੁਰੂ ਨੂੰ ਹੀ ਦੇ ਦੇਣਾ ਹੈ ਜੀ, ਇਹ ਸੇਵਾ ਹੈ। ਭੈ ਭਾਵਨੀ ਦੇ ਵਿੱਚ ਸਭ ਕੁਝ ਗੁਰੂ ਨੂੰ ਦੇ ਦੇਣਾ ਤੇ ਇੱਕ ਪਰਸੈਂਟ ਵੀ ਜਿਤਾਉਣਾ ਨਹੀਂ ਕਿ ਮੈਂ ਆਹ ਕਰਦਾ ਮੈਂ ਉਹ ਕਰਦਾ, ਇੱਕ ਪਰਸੈਂਟ ਵੀ ਇਹ ਚੀਜ਼ ਜਿਤਾਉਣੀ ਨਹੀਂ। ਫਿਰ ਭਾਵੇਂ ਕੋਈ ਤੀਜਾ ਬੰਦਾ ਆ ਕੇ ਇਹ ਕਿਉਂ ਨਾ ਕਹਿ ਦੇਵੇ ਕਿ ਤੂੰ ਤੇ ਸੇਵਾ ਕਰਦਾ ਹੀ ਨਹੀਂ, ਤੂੰ ਤੇ ਨਿਕੰਮਾ ਹੈ, ਕੋਈ ਆ ਕੇ ਕਹਿ ਦੇਵੇ ਕੋਈ ਪਰਵਾਹ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੀਆਂ ਗੱਲਾਂ ਦਾ ਤੁਹਾਡੇ ਉੱਤੇ ਨਾ ਬੁਰਾ ਅਸਰ ਹੋਵੇ ਨਾ ਕਿਸੇ ਹੋਰ ਢੰਗ ਦਾ ਹੋਵੇ, ਤੇ ਆਪਣੀ ਸੇਵਾ ਗਣਾਉਣ ਨਾ ਲੱਗ ਪੈਣਾ ਉਸ ਵੇਲੇ ਕਿ ਮੈਂ ਤੇ ਆਹ ਕਰਦਾ, ਤੂੰ ਕਹਿੰਦਾ ਮੈਂ ਸੇਵਾ ਨਹੀਂ ਕਰਦਾ। ਹੈਂਜੀ, ਗਣਾਉਣੀ ਨਹੀਂ ਕਿ ਮੈਂ ਵੇਖੋ ਬਰਤਨ ਵੀ ਮਾਂਜਦਾ ਦਰਬਾਰ ਸਾਹਿਬ ਜਾ ਕੇ, ਮੈਂ ਤੇ ਅੰਮ੍ਰਿਤ ਵੇਲੇ ਤਿੰਨ ਪਹਿਰੇ ਦੀ ਵੀ ਹਾਜ਼ਰੀ ਭਰਦਾ, ਮੈਂ ਤੇ ਉੱਥੇ ਦੁੱਧ ਇਸ਼ਨਾਨ ਦੀ ਸੇਵਾ ਵੀ ਕਰਦਾ, ਮੈਂ ਤੇ ਦੋ ਦੋ ਘੰਟੇ ਕੀਰਤਨ ਸੁਣਦਾ ਵੀ ਹਾਂ। ਜਿਤਾਉਣਾ ਨਹੀਂ, ਗਣਾਉਣਾ ਨਹੀਂ। ਤੀਜਾ ਬੰਦਾ ਆ ਕੇ ਕਵੇ ਕਿ ਤੂੰ ਸੇਵਾ ਨਹੀਂ ਕੀਤੀ ਜਾਂ ਤੂੰ ਨਹੀਂ ਕਰਦਾ, ਉਹਦਾ ਤੁਹਾਡੇ ਉੱਤੇ ਕੋਈ ਅਸਰ ਨਾ ਹੋਵੇ, ਤੁਹਾਨੂੰ ਬੁਰਾ ਨਾ ਲੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜੋ ਤੁਸੀਂ ਕੀਤਾ ਉਹ ਤੁਹਾਡੀ ਗੱਲ ਹੈ ਜਾਂ ਤੁਹਾਡੇ ਗੁਰੂ ਦੀ ਗੱਲ ਹੈ? ਹਾਂਜੀ, ਜਾਂ ਤੇ ਉਹ ਤੁਹਾਡੀ ਗੱਲ ਹੈ ਜਾਂ ਗੁਰੂ ਦੀ ਗੱਲ। ਤੀਜਾ ਬੰਦਾ ਕਿੱਥੋਂ ਆ ਗਿਆ ਵਿੱਚ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਖਾ ਹੈ, ਔਖਾ ਹੈ ਕਿ ਕਿਸੇ ਨੂੰ ਜਿਤਾਈਏ ਨਾ, ਗਣਾਈਏ ਨਾ, ਕੋਈ ਤਾਨਾ ਵੀ ਦੇ ਜੇ ਤਾਂ ਵੀ ਨਾ ਗਣਾਈਏ, ਔਖਾ ਹੈ। ਪਰ ਪਿਆਰੇ, ਉਹ ਅਸਲ ਤੌਰ ਤੇ ਸੇਵਾ ਕਹਿੰਦੇ ਹੀ ਇਹਨੂੰ ਨੇ, ਛੁਪਾ ਕੇ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਜਿਹੜੀ ਗੱਲ ਮੈਂ ਬੋਲਣ ਲੱਗਾ, ਅੱਜ ਕੱਲ੍ਹ ਵੇਖੋ ਗਰਮੀਆਂ ਨੇ
ਤਰਤਾਲੀ ਚੁਤਾਲੀ ਡਿਗਰੀ ਤੇ ਦੁਪਹਿਰੇ ਤਾਪਮਾਨ ਹੋ ਜਾਂਦਾ ਹੈ। ਤਰਤਾਲੀ ਚੁਤਾਲੀ ਡਿਗਰੀ ਇਹ ਦਿਨਾਂ ਚ ਹਲੇ ਗਰਮੀਆਂ ਦੀ ਸ਼ੁਰੂਆਤ ਜੀ ਹੋ ਰਹੀ ਹੈ। ਸੁਣਿਓ ਧਿਆਨ ਨਾਲ, ਆਓ ਸਾਰੇ ਰਲ ਮਿਲ ਕੇ ਆਪਣੇ ਅੰਦਰ 55 ਡਿਗਰੀ ਦਾ ਟੀਚਾ ਲੈ ਕੇ ਚੱਲੀਏ। 55 ਦਾ ਤੁਸੀਂ ਕਹੋਗੇ ਇਹ ਤੇ ਉਲਟਾ ਕੰਮ ਕਰੀ ਜਾ ਰਹੇ, 44 ਤੋਂ ਆਵਾਂਗੇ 34 ਤੱਕ ਹੈ ਜੀ, ਜਾਂ 30 ਤੱਕ ਪਹੁੰਚੀਏ 55 ਡਿਗਰੀ ਦਾ ਟੀਚਾ। ਆਖੋ ਧੰਨ ਗੁਰੂ ਰਾਮਦਾਸ ਜੀ, ਇਹ ਜਿਹੜਾ ਅੱਜ 43-44 ਪਹੁੰਚਿਆ ਨਾ ਤਾਪਮਾਨ ਸਾਡੇ ਕਰਕੇ ਪਹੁੰਚਿਆ, ਆਉਣ ਵਾਲੇ ਸਮੇਂ ਤੇ 55 ਤੱਕ ਵੀ ਪਹੁੰਚ ਜਾਣਾ, 55 ਤੱਕ। ਇਹਦੇ ਲਈ ਕਰੋ ਪਤਾ ਕੀ, ਵੱਧ ਤੋਂ ਵੱਧ ਦਰਖਤ ਕੱਟਣੇ ਸ਼ੁਰੂ ਕਰ ਦਿਓ, ਕੱਟੋ, ਲਾਓ ਨਾ, ਲਾਉਣੇ ਤੇ ਆਪਾਂ ਹੈ ਨਹੀਂ, ਕੱਟੋ ਹੈ ਜੀ, ਹੋਰ ਆਪਣਾ ਨੁਕਸਾਨ ਕਰੋ, ਕਰੋ ਸੜਕਾਂ ਹੋਰ ਚੌੜੀਆਂ ਕਰੋ, ਚਾਰੇ ਪਾਸੇ ਸੀਮਟ ਦੇ ਘਰ ਤੇ ਜੰਗਲ ਜਿਹੜੇ ਨੇ ਨਾ ਉਹਨਾਂ ਨੂੰ ਸਭ ਨੂੰ ਖਤਮ ਕਰਨਾ ਸ਼ੁਰੂ ਕਰ ਦਿਓ, ਜਿੰਨੀ ਹਰਿਆਵਲ ਉਹਨੂੰ ਖਤਮ ਕਰਨਾ ਸ਼ੁਰੂ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਬਾਂਸ ਤੇ ਰੁੱਖਾਂ ਨੂੰ ਖਤਮ ਕੀਤਾ ਜਾ ਸਕੇ ਇਸ ਕਰਕੇ ਸਭ ਤਰ੍ਹਾਂ ਦੇ ਅਖਬਾਰਾਂ ਨੂੰ ਪੜ੍ਹਨਾ ਸ਼ੁਰੂ ਕਰੋ ਹੈ ਜੀ, ਵੱਧ ਤੋਂ ਵੱਧ ਟਿਊਬਵੈਲ ਲਾਓ, ਵੱਧ ਤੋਂ ਵੱਧ ਪਲਾਸਟਿਕ ਦੀ ਵਰਤੋਂ ਕਰੋ, ਰੋਜ਼ ਨਦੀਆਂ ਨਹਿਰਾਂ ਵਿੱਚ ਕੂੜਾ ਸੁੱਟੋ। 44 ਤੋਂ 55 ਤੱਕ ਜਾਣਾ ਹੈ ਨਾ ਆਪਾਂ ਹੈ ਜੀ, ਦਿਨੇ ਰਾਤ ਭੱਜਦੇ ਰਹੋ ਪਿਆਰਿਓ, ਗੱਡੀਆਂ ਨੂੰ 24 ਘੰਟੇ ਚਲਾਉਂਦੇ ਰਹੋ, ਤੇ ਇਹ ਮੇਰੀ ਬੇਨਤੀ ਹੈ ਸਾਈਕਲ ਚਲਾਉਣ ਤੇ ਪਾਬੰਦੀ ਲਾਓ, ਦੇਸ਼ ਵਿੱਚ ਧੂੰਆਂ ਪ੍ਰਦੂਸ਼ਣ ਪੈਦਾ ਕਰੋ ਉਹ ਸਾਰੇ ਕੰਮ ਕਰੋ ਜਿਹਦੇ ਨਾਲ ਪੋਲਿਊਸ਼ਨ ਹੋਰ ਵਧੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਡਿਸਪੋਜ਼ੀਬਲ ਚੀਜ਼ਾਂ ਦੀ ਰੋਜ਼ ਵਰਤੋਂ ਕਰੋ, ਰੋਜ਼ ਸਵੇਰੇ ਸ਼ਾਮ ਆਪਣੇ ਘਰ ਦੇ ਸਾਹਮਣੇ ਜਿਹੜੀ ਸੜਕ ਹੈ ਨਾ ਉਹਨੂੰ ਵੱਧ ਤੋਂ ਵੱਧ ਪਾਣੀ ਨਾਲ ਧੋਵੋ, ਪਾਣੀ ਵੇਸਟ ਕਰੋ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਪਿਓਰ ਨ ਲਖੋ ਨੈ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ, ਪਾਣੀ ਦਾ ਪੰਪ ਚਲਾਓ ਤੇ ਚਲਾਉਣ ਤੋਂ ਬਾਅਦ ਭੁੱਲ ਜਿਆ ਕਰੋ, ਟੈਂਕੀ ਵਗਦਾ ਪਾਣੀ ਵਗੀ ਜਾਵੇ ਕੋਈ ਪਰਵਾਹ ਹੀ ਨਹੀਂ ਹੈ ਜੀ, ਗੁਆਂਢੀ ਆ ਕੇ ਪੰਪ ਬੰਦ ਕਰਵਾਓ ਜੀ ਤੁਹਾਡੀ ਮੋਟਰ ਚੱਲਦੀ ਟੈਂਕੀ ਭਰ ਗਈ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਪਿਓਰ ਨ ਲਖੋ ਨੈ ਜੀ ਧੰਨ ਬਾਬਾ, ਆਓ ਆਪਣੀ ਇੱਕ ਨਵੀਂ ਪੀੜ੍ਹੀ ਦੇ ਲਈ ਸੁਣਿਆ ਛੱਡੀਏ ਕਿ ਤੁਹਾਡੀ ਬਰਬਾਦੀ ਦਾ ਕਾਰਨ ਅਸੀਂ ਹੀ ਮੂਰਖ ਲੋਕ ਹਾਂ, ਇਹ ਸੁਣਿਆ ਛੱਡੋ। ਪਰ ਨਹੀਂ ਭਾਈ, ਇਹ ਮੇਰੀ ਬੇਨਤੀ ਹੈ, ਜਿੰਨਾ ਵੀ ਰੁੱਖਾਂ ਦੀ ਸੰਭਾਲ ਕਰ ਸਕਦੇ ਹੋ ਕਰੋ, ਜਿੰਨਾ ਪਾਣੀ ਦੀ ਦੁਰਵਰਤੋਂ ਹੋਣ ਤੋਂ ਬਚਾ ਸਕਦੇ ਹੋ ਬਚਾਓ, ਜਿੰਨਾ ਹਰਿਆਵਲ ਜਿੰਨੇ ਬੂਟੇ ਲਾ ਸਕਦੇ ਹੋ ਹਰ ਪਾਸੇ ਲਾਓ, ਜਿੰਨੀ ਡਿਸਪੋਜ਼ੀਬਲ ਚੀਜ਼ਾਂ ਦੀ ਘੱਟ ਵਰਤੋਂ ਕਰੋਗੇ ਸਾਡੇ ਲਈ ਭਲਾ ਹੈ, ਇਹ ਮੇਰੀ ਬੇਨਤੀ ਹੈ। ਅੱਜ ਜੇ 43-44 ਡਿਗਰੀ ਦੇ ਉੱਤੇ ਤਾਪਮਾਨ ਪਹੁੰਚਿਆ ਕਾਰਨ ਅਸੀਂ ਹਾਂ, ਤੇ ਹੁਣ ਇਹ 44 ਤੋਂ 55 ਤੱਕ ਨਹੀਂ ਪਹੁੰਚਾਉਣਾ, ਉਦੋਂ ਉਪਰਾਲੇ ਕਰੋ 44 ਤੋਂ ਅਸੀਂ 40 ਤੱਕ ਆਈਏ, ਫਿਰ 35 ਤੱਕ ਆਈਏ, 30 ਤੱਕ ਆਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਜੇਕਰ ਅਸੀਂ ਮੂਰਖ ਨਾ ਹੁੰਦੇ ਤੇ ਸੱਚੀ ਗੱਲ ਇਹੋ ਜਿਹਾ ਸਿਸਟਮ ਅੱਜ ਬਣਨਾ ਹੀ ਨਹੀਂ ਸੀ, ਸਾਡੀ ਮੂਰਖਤਾ ਹੀ ਕਰਕੇ ਬਣਿਆ, ਵਾਤਾਵਰਨ ਖਰਾਬ ਹੋ ਰਿਹਾ, ਜ਼ਹਿਰੀਲਾ ਹੋ ਰਿਹਾ, ਇਹ ਸੁਧਰਨ ਦਾ ਸਮਾਂ, ਸੁਧਰ ਜਾਈਏ ਹੁਣੇ, ਨਹੀਂ ਤੇ ਨਵੀਂ ਪੀੜ੍ਹੀ ਸਾਨੂੰ ਕੋਸੇਗੀ ਕਿ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੀਤਾ ਕੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਤੇ ਸੱਚਾਈ ਹੈ, ਆਪਣੀ ਪੀੜ੍ਹੀ ਨੂੰ ਵੀ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਵਾਂਗੇ, ਤੇ ਸੱਚਾਈ ਪਿਆਰਿਓ ਕੁਦਰਤ ਨੂੰ ਵੀ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਵਾਂਗੇ।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, ਜੋ ਗੱਲਾਂ ਮੈਂ ਤੁਹਾਨੂੰ ਕੀਤੀਆਂ ਨੇ ਨਾ, ਇਹਨਾਂ ਦਾ ਅਸਰ ਜ਼ਰੂਰ ਕਬੂਲਿਓ। 44 ਤੋਂ 55 ਤੱਕ ਜਾਣਾ, ਉਹ ਵੀ ਸਾਡੇ ਹੱਥ ਵਿੱਚ ਹੈ। 44 ਤੋਂ 30 ਤੱਕ ਤਾਪਮਾਨ ਲਿਆਉਣਾ, ਉਹ ਵੀ ਸਾਡੇ ਹੱਥ ਵਿੱਚ ਹੈ। ਮੂਰਖ ਬਣਨਾ ਹੈ ਕਿ ਸਿਆਣੇ ਬਣਨਾ ਹੈ, ਇਹਦੀ ਸੋਚ ਵਿਚਾਰ ਜ਼ਰੂਰ ਕਰਿਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 510 ਨੰਬਰ ਅੰਗ ਦੇ ਉੱਤੇ ਦਰਜ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਬੜੇ ਪਿਆਰ ਚ ਮੇਰੇ ਨਾਲ ਨਾਲ ਇਹ ਸ਼ਬਦ ਗਾਇਓ, ਕੋਈ ਰਸਨਾ ਵਾਂਝੀ ਨਾ ਰਹਿ ਜਾਏ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਬੋਲੋ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਸਾਰੇ ਬੋਲੋ ਜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਹਰ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਗੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਿਥਾਤਾ
जग फिर मैं देखिया हरे को दाता करो कृपा सब जग फिर मैं देखिया हरे को दाता हरे को दाता हरे को दाता हरे
ਸਭ ਜਗ ਫਿਰ ਮੈਂ ਦੇਖਿਆ ਹਰਿ ਇੱਕੋ ਦਾਤਾ ਗੱਜ ਕੇ ਸਭ ਜਗ ਫਿਰ ਮੈਂ ਦੇਖਿਆ ਹਰਿ ਇੱਕੋ ਦਾਤਾ ਸਾਰੀ ਸੰਗਤ ਸਭ ਜਗ ਫਿਰ ਮੈਂ ਦੇਖਿਆ ਹਰਿ ਇੱਕੋ ਦਾਤਾ ਦੂਜਾ ਅਵਰ ਨਾ
जग फिर मैं देखिया हर एक को दाता। सब जग फिर मैं देखिया हर एक को दाता। दाता एक है गुरु रामदास, दत्ता दाता एक है गुरु रामदास, सबको दे बनखार गुरु रामदास, सबको दे बनखार। सबको दे बनखार, देंदे तोट नया वही अगनत परे पंडार। धन गुरु रामदास जी, 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 धन गुरु। मैं ता नाम तेरा आधार, मैं ता नाम तेरा आधार, तू दाता करण हार करता रे। तन गुरु रामदास जी, तन गुरु रामदास जी, तन गुरु रामदास जी, तन गुरु राम सेवया दिन पाया मान, नानक का भी है गुणी निधान। सुनिए मन रखिए पाओ, दुख पर घर सुख कर ले जाए। गुरमुख नादन गुरमुख वेदन, गुरमुख रया समाई, गुर ईसर गुर गोरख ब्रह्मा गुर पार्वती पाई। जे हो जाना आखा नाई, कहना कथन न जाई। पुराइक ते पुछाई सपना जिया, ना इक दाता सो मैं विसर न जाई। बोलो तन गुरु रामदास जी, 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 तन गुरु धन गुरु रामदास जी, धन गुरु रामदास जी, धन बाबा दीप सिंह 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 जी, धन गुरु रामदास जी, धन गुरु रामदास जी, धन गुरु रामदास जी, धन गुरु रामदास जी,
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਕੋ ਦਾਤਾ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਕੋ ਦਾਤਾ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਦਾਤਾ, ਵਾਹਿਗੁਰੂ 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 ਤੁਹਾਡੀ ਆਵਾਜ਼, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਕੋ ਦਾਤਾ ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਕੋ ਦਾਤਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਅੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਬੜੇ ਪਿਆਰ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਪਰਿਵਾਰਕ ਮੈਂਬਰ ਹੋ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਹੁਣੇ ਆਪਾਂ ਸ਼ਬਦ ਪੜ੍ਹਿਆ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਮਹਾਰਾਜ ਕਹਿੰਦੇ ਮੈਂ ਸਾਰਾ ਜਗ ਢੂੰਡ ਢੂੰਡ ਕੇ ਦੇਖ ਲਿਆ ਸਭ ਨੂੰ ਦਾਤਾਂ ਦੇਣ ਵਾਲਾ ਬਸ ਪਰਮੇਸ਼ਰ ਏ ਪਰਮੇਸ਼ਰ ਸਾਡੇ ਲਈ ਪਰਮੇਸ਼ਰ ਕੌਣ ਗੁਰੂ ਰਾਮਦਾਸ ਉਹਦੇ ਪਿਆਰੇ ਸ਼ਹੀਦ ਸਿੰਘ ਬਾਬਾ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਹੈ ਪਰਮੇਸ਼ਰ ਨਿਰੰਕਾਰ ਕੋਈ ਹੋਰ ਦਾਤਾ ਨਹੀਂ ਤੇ ਦਾਤਾ ਵੀ ਇਹੋ ਜਿਹਾ ਜਿਹੜਾ ਰੋਜ਼ ਦੇ ਸਾਡੇ ਕੀਤੇ ਗੁਣਾ ਵੇਖਦਾ ਹੈ ਵੇਖਦਾ ਪਰ ਫਿਰ ਵੀ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦਾ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ ਪਸ਼ ਪਸੂ ਨਗ ਨਾਗ ਨਰਾਤਪ ਸਰਬ ਸਮੇਂ ਸਭ ਕੋ ਪ੍ਰਤਪਾਰੇ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਖ ਨਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸਾਡੇ ਰੋਜ਼ ਦੇ ਕੀਤੇ ਗੁਨਾਹਾਂ ਵੱਲ ਵੇਖਦੇ ਨੇ ਸਤਿਗੁਰੂ ਪਰ ਫਿਰ ਵੀ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦੇ ਇਹੋ ਜਿਹੇ ਦਾਤੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਤੇ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਤੇ ਫਿਰ ਪਿਆਰਿਓ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਦਾਤਾ ਉਹਦੇ ਦਰ ਦੇ ਮੰਗਤੇ ਬਣੀਏ ਮੰਗਤਿਆਂ ਦੇ ਮੰਗਤੇ ਨਾ ਬਣੋ ਬੰਦਿਆਂ ਦੇ ਮੰਗਤੇ ਨਾ ਬਣੋ ਬੰਦਿਆਂ ਕੋਲੋਂ ਨਾ ਮੰਗੋ ਹੈ ਜੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਦਾਤਾਂ ਦੇਣ ਵਾਲਾ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਗੁਰੂ ਰਾਮਦਾਸ ਸਾਹਮਣੇ ਮੰਗਤਿਆਂ ਦੇ ਮੰਗਤੇ ਕੀ ਬਣਨਾ ਹੈ ਜੀ ਆਹ ਵੱਡਾ ਜਿਹੜਾ ਸਾਰਿਆਂ ਨੂੰ ਝੋਲੀਆਂ ਦੇਣ ਵਾਲਾ ਮੰਗਤਾ ਬਣ ਕੇ ਇਹਦੇ ਅੱਗੇ ਝੋਲੀ ਵਿਛਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਬੰਦਾ ਦੁਖੀ ਅੱਜ ਪਤਾ ਕਿਉਂ ਹੁੰਦਾ ਜਦੋਂ ਬੰਦਾ ਬੰਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦਾ ਬੰਦੇ ਦੇ ਉੱਤੇ ਆਸ ਲਾਉਣੀ ਸ਼ੁਰੂ ਕਰ ਦਿੰਦਾ ਉਦੋਂ ਫਿਰ ਦੁਖੀ ਹੁੰਦਾ ਇਹ ਤੇ ਮੇਰੀ ਬਾਂਹ ਫੜੇਗਾ ਹੀ ਫੜੇਗਾ ਜੇ ਉਹ ਨਾ ਫੜੇ ਪਿੱਟ ਤੇ ਲੱਤ ਮਾਰ ਦੇਵੇ ਦੁਖੀ ਹੋਏਗਾ ਬੰਦਿਆਂ ਕੋਲੋਂ ਕਾਹਦੀਆਂ ਆਸਾਂ ਨੇ ਬੰਦਿਆਂ ਕੋਲੋਂ ਕੋਈ ਆਸਾਂ ਨਹੀਂ ਬੰਦਿਆਂ ਨੇ ਕਿਸੇ ਨੂੰ ਕੁਛ ਨਹੀਂ ਦਿੱਤਾ ਤੇ ਨਾ ਹੀ ਦੇਣਾ ਬੰਦੇ ਖੁਸ਼ ਨਹੀਂ ਕਰਦੇ ਕਿਸੇ ਨੂੰ ਹੈ ਜੀ ਸਗੋਂ ਦੁਖੀ ਕਰਨਗੇ ਦੁਖੀ ਅੱਛਾ
ਇਹਨੂੰ ਮੇਰੀ ਲੋੜ ਪੈ ਗਈ ਹੈ, ਹੁਣ ਇਹਨੂੰ ਮੈਂ ਮਜ਼ਾ ਚਖਾਵਾਂਗਾ, ਮੇਰੇ ਬਿਨਾਂ ਤੇ ਕਦਮ ਨਹੀਂ ਤੁਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਤੋਂ ਬਿਨਾਂ ਇਹਨੇ ਤੇ ਮਿੱਟੀ ਵਿੱਚ ਰੁਲ ਜਾਣਾ, ਮਿੱਟੀ ਵਿੱਚ ਵੇਖਾਂਗਾ ਸਮਾਂ ਆਏਗਾ ਕਿਵੇਂ ਤੁਰਦਾ ਜੀ। ਪਰ ਜੇ ਤੁਹਾਡੇ ਅੰਦਰ ਪੱਕਾ ਯਕੀਨ ਹੈ ਨਾ ਗੁਰੂ ਰਾਮਦਾਸ ਦੇ ਪ੍ਰਤੀ, ਬਾਬਾ ਦੀਪ ਸਿੰਘ ਜੀ ਦੇ ਪ੍ਰਤੀ, ਮੈਂ ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ, ਉਹ ਜਿੰਨਾ ਕੋਈ ਤੁਹਾਨੂੰ ਰੋਲਣ ਦੀ ਕੋਸ਼ਿਸ਼ ਕਰੇਗਾ ਨਾ ਗੁਰੂ ਰਾਮਦਾਸ, ਉਨੀ ਤੁਹਾਡੀ ਚੜ੍ਹਦੀ ਕਲਾ ਕਰੀ ਜਾਣਗੇ। ਭਰੋਸਾ ਪੱਕਾ ਹੈ, ਯਕੀਨ ਪੱਕਾ ਹੈ ਨਾ, ਜਿੰਨਾ ਕੋਈ ਤੁਹਾਨੂੰ ਰੋਲਣ ਦੀ ਕੋਸ਼ਿਸ਼ ਕਰੇਗਾ, ਇਹ ਤੇ ਮੇਰੇ ਬਿਨਾਂ ਇੱਕ ਕਦਮ ਨਹੀਂ ਪੁੱਟ ਸਕਦਾ, ਮੇਰੇ ਕੋਲੋਂ ਸਿੱਖਿਆ, ਮੇਰੇ ਕੋਲੋਂ ਸਭ ਕੁਝ ਲਿਆ, ਇਹ ਕਿੱਥੋਂ ਇਕੱਲਾ ਤੁਰ ਲਏਗਾ। ਜੇ ਤੁਹਾਡੇ ਅੰਦਰ ਯਕੀਨ ਪੱਕਾ ਹੈ ਨਾ, ਸੱਚ ਜਾਣਿਓ, ਸੱਚ ਜਾਣਿਓ, ਜਿਹੜਾ ਜਿੰਨੇ ਤੁਹਾਡੇ ਲਈ ਟੋਏ ਪੁੱਟੇਗਾ ਨਾ ਟੋਏ, ਓਨਾ ਹੀ ਪਿਆਰਿਓ ਗੁਰੂ ਰਾਮਦਾਸ ਤੁਹਾਡੇ ਤੇ ਬਖਸ਼ੀਸ਼ ਦਾ ਨਦਰ ਦਾ ਖਾਤਾ ਖੋਲ ਕੇ ਉਹ ਟੋਇਆਂ ਤੋਂ ਤੁਹਾਨੂੰ ਟਪਾਈ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੇਨਤੀ ਹੈ ਕਿ ਗਰਮੀ ਬਹੁਤ ਹੈ, ਸਭ ਨੂੰ ਪਤਾ, ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ, ਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ, ਵੱਡੇ ਕੂਲਰ, ਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਵਿੱਚ ਇੱਕ ਕੂਲਰ ਆਉਂਦਾ। ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ, ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਕੋਈ ਕਰਨੀ ਚਾਹੇ, ਸਕੈਨ ਕੋਡ ਚੱਲ ਰਿਹਾ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ, ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ, ਤਾਂ ਜੋ ਰੱਸੀ ਸਤਿਕਾਰ ਤੁਹਾਨੂੰ ਭੇਜਿਆ ਜਾਵੇ। ਕਈ ਵਾਰੀ QR ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ, 1000 ਰੁਪਏ ਤੋਂ ਵੱਧ ਨਹੀਂ ਪੈਂਦੀ। ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ, ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ, ਉਹ ਤੁਹਾਨੂੰ ਉਹ ਜਿਹੜਾ ਸਕੈਨ ਹੈ 25 ਵਾਰੀ ਕਰਨਾ ਪੈਣਾ ਹੈ, 2 ਮਿੰਟ ਦਾ ਕੰਮ, 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ, ਜੋ QR ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ। ਤੇ ਕੋਈ ਪ੍ਰੇਮੀ ਇੱਕ ਕੂਲਰ ਦੀ, 2 ਕੂਲਰਾਂ ਦੀ ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ, ਉਹਨਾਂ 'ਚ ਪਾ ਦਿਓ। ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ, ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ, ਜਿਵੇਂ ਤੁਹਾਡਾ ਦਿਲ ਕਰੇ, ਅੱਜ ਭਾਵੇਂ ਕੱਲ੍ਹ, ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ, ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ, ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ। ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ, ਇਹ ਤਾਂ ਬਾਬਾ ਜਾਣਦਾ। ਆਖੋ ਧੰਨ ਬਾਬਾ, ਧੰਨ ਬਾਬਾ, ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ, ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਆਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਆਲੇ ਦੀ ਲੱਗ ਜਾਣੀ, ਅਤੇ ਇਹ ਮੇਰੀ ਬੇਨਤੀ, ਪ੍ਰਮਾਣ ਜ਼ਰੂਰ ਕਰਿਓ। ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ, ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ, ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ
ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ
ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98159913 98501089513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।